ਸਤਿ ਸ਼੍ਰੀ ਅਕਾਲ ਪਿਆਰੇ ਸਾਥੀਓ ਜਿਵੇਂ ਕਿ ਡਾਟਾ ਅਪਡੇਟ ਮੰਗਿਆ ਜਾਂਦਾ ਹੈ ਕਿ ਪ੍ਰਾਈਵੇਟ ਸਕੂਲ ਦੇ ਸਟੂਡੈਂਟਸ ਨੂੰ ਕਿਦਾਈ ਪੰਜਾਬ ਤੇ ਅਪਡੇਟ ਕਰਨਾ ਹੈ ਉਹਦੇ ਲਈ ਤੁਹਾਨੂੰ ਸਭ ਤੋਂ ਪਹਿਲੇ ਸਕੂਲ ਦੀ ਆਈਡੀ ਲੌਗਇਨ ਕਰਨੀ ਪਏਗੀ ਫਿਰ ਸਟੂਡੈਂਟ ਵਾਲੇ ਕੋਰਨਰ ਤੇ ਜਾਵਾਂਗੇ ਫਿਰ ਉੱਥੇ ਆਏਗਾ ਰੈਗੂਲਰ ਡਾਟਾ ਅਪਡੇਸ਼ਨ ਜਦੋਂ ਰੈਗੂਲਰ ਡਾਟਾ ਅਪਡੇਸ਼ਨ ਤੇ ਅਸੀਂ ਕਲਿੱਕ ਕਰਾਂਗੇ ਅਸੀਂ ਸਟੂਡੈਂਟ ਤੇ ਜਾ ਕੇ ਰੈਗੂਲਰ ਡਾਟਾ ਅਪਡੇਸ਼ਨ ਤੇ ਜਾਣਾ ਹੈ ਉਦੇ ਬਾਅਦ ਉਹ ਮੰਗੇਗਾ ਕਲਾਸ ਤੇ ਸੈਕਸ਼ਨ ਜਿਸ ਤਰ੍ਹਾਂ ਇੱਥੇ ਮੈਂ 7th ਕਲਾਸ ਦੀ ਗੱਲ ਕਰ ਰਿਹਾ ਤੇ ਇੱਥੇ ਸੈਕਸ਼ਨ ਭਰਾਂਗੇ ਤੇ ਛੋਟੇ ਜਿਹੜੀਆਂ ਕਲਾਸਾਂ ਨੇ ਉਹਨਾਂ ਚ ਸਟਰੀਮ ਦੀ ਲੋੜ ਨਹੀਂ ਹੈ ਤੁਸੀਂ ਸਿਰਫ ਕਲਾਸ ਤੇ ਸੈਕਸ਼ਨ ਹੀ ਫਿਲ ਕਰਨਾ ਹੈ ਸਟਰੀਮ ਤੇ ਗਰੁੱਪ ਜਿਹੜਾ +1 +2 ਵਾਸਤੇ ਆ ਤਾਂ ਤੁਸੀਂ ਇੱਥੇ ਕਲਿੱਕ ਕਰੋਗੇ ਜਦਾ 7th ਕਲਾਸ ਭਰਿਆ ਫਿਰ ਇੱਚ ਸੈਕਸ਼ਨ ਭਰ ਦਿੱਤਾ ਹੈ ਸੈਕਸ਼ਨ A ਇਹਨੂੰ ਜਦੋਂ ਅਸੀਂ ਸਰਚ ਕਰਾਂਗੇ ਉਹ ਤੇਦੇ ਸਟੂਡੈਂਟਸ ਸੇ ਸ਼ੋ ਕਰ ਦੇਗਾ ਅ ਵನ್ಸ್ ਅਕੇਂਡ ਹਾਂਜੀ ਸਾਨੂੰ ਇੱਥੇ ਸੈਕਸ਼ਨ ਫਿਲ ਕਰਨਾ ਹੋਏਗਾ ਜਦੋਂ ਅਸੀਂ ਇਹਨੇ ਕਲਿੱਕ ਕਰਾਂਗੇ ਹੁਣ ਸਾਡੇ ਕੋਲ ਡਾਟਾ ਸ਼ੋ ਹੋ ਜਾਏਗਾ ਜਿਵੇਂ ਦੇਖ ਸਕਦੇ ਹੋ ਤੁਸੀਂ ਇਹ ਡਾਟਾ ਸਟੂਡੈਂਟ ਦਾ ਸ਼ੋ ਹੋ ਗਿਆ ਉਹਦੇ ਬਾਅਦ ਐਡਿਟ ਦੇ ਆਪਸ਼ਨ ਤੇ ਤੁਸੀਂ ਕਲਿੱਕ ਕਰਨਾ ਹੈ ਜਿਸ ਵੀ ਸਟੂਡੈਂਟ ਦਾ ਡਾਟਾ ਤੁਸੀਂ ਅਪਡੇਟ ਕਰਨਾ ਹੈ ਸੋ ਐਡਿਟ ਤੇ ਜਾਵਾਂਗੇ ਇੱਥੇ ਤੁਸੀਂ ਨੀਚੇ ਦੇਖੋਗੇ ਪ੍ਰੀਵੀਅਸ ਡਿਟੇਲ ਪ੍ਰੀਵੀਅਸ ਡਿਟੇਲ ਤੇ ਜਦੋਂ ਕਲਿੱਕ ਕਰਨਾ ਤੇ ਇੱਥੇ ਤੁਹਾਡੇ ਕੋਲੋਂ ਆਪਸ਼ਨ ਆਣਗੇ ਇੱਥੇ ਜੋ ਕਲਿੱਕ ਕਰੋਗੇ ਤੁਹਾਡੇ ਕੋਲ ਆਪਸ਼ਨ ਸ਼ੋ ਹੋ ਜਾਣਗੇ ਫਰੋਮ ਪ੍ਰਾਈਵੇਟ ਸਕੂਲ ਆਊਟ ਆਫ ਸਕੂਲ ਨਾਨ ਤੁਸੀਂ ਪ੍ਰਾਈਵੇਟ ਸਕੂਲ ਤੇ ਕਲਿੱਕ ਕਰਨਾ ਹੈ ਤੇ ਉਹਦੇ ਬਾਅਦ ਤੁਸੀਂ ਸਿੱਧਾ ਜਾ ਕੇ ਅਪਡੇਟ ਕਰ ਦੇਣਾ ਹੈ ਪ੍ਰਾਈਵੇਟ ਸਕੂਲ ਤੇ ਜਾ ਕੇ ਫਿਰ ਤੁਸੀਂ ਅਪਡੇਟ ਦੇ ਆਪਸ਼ਨ ਤੇ ਕਲਿੱਕ ਕਰ ਦੇਣਾ